ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਉਹਨਾਂ ਨੇ ਸਾਨੂੰ ਆ ਕੇ ਇਤਲਾਹ ਦਿੱਤੀ ਕਿ ਜਿਹੜੇ ਦੋ ਬੰਦੇ ਸਾਡੇ ਹੈਂਡਓਵਰ ਕੀਤੇ, ਮੁਹੰਮਦ ਲਤੀਫ ਅਤੇ ਮੁਹੰਮਦ ਸੈਫ, ਜਿਹੜੇ ਪਾਕਿਸਤਾਨੀ ਹੈਗੇ ਨੇ। ਅੱਜ ਕੰਪਨੀ ਕਮਾਂਡਰ ਇੰਸਪੈਕਟਰ ਰਣਜੀਤ ਸਿੰਘ ਜੋ ਇੱਥੇ ਪੁਲਿਸ ਸਟੇਸ਼ਨ ਵਿਖੇ ਥਾਣੇ ਹਾਜ਼ਰ ਆਏ ਕਰੀਬ 2:15, ਉਹਨਾਂ ਨੇ ਸਾਨੂੰ ਆ ਕੇ ਇਤਲਾਹ ਦਿੱਤੀ ਕਿ ਜਿਹੜੇ ਦੋ ਬੰਦੇ ਸਾਡੇ ਹੈਂਡਓਵਰ ਕੀਤੇ, ਮੁਹੰਮਦ ਲਤੀਫ ਅਤੇ ਮੁਹੰਮਦ ਸੈਫ, ਜਿਹੜੇ ਪਾਕਿਸਤਾਨੀ ਹੈਗੇ ਨੇ, ਉਕਾੜਾ ਦੇ ਰਹਿਣ ਵਾਲੇ ਨੇ, ਜਿਨ੍ਹਾਂ ਦੀ ਦੌਰਾਨੇ ਪੁੱਛ ਗਿੱਛ ਆਇਆ, ਜਿਨ੍ਹਾਂ ਦੇ ਖਿਲਾਫ਼ ਅਸੀਂ ਇੰਡੀਅਨ ਪਾਸਪੋਰਟ ਐਕਟ ਦੇ ਅਧੀਨ, ਫੋਰਨ ਐਕਟ ਦੇ ਅਧੀਨ 1946 ਦੀ ਧਾਰਾ ਅਧੀਨ ਅਸੀਂ FIR ਨੰਬਰ 200 ਲੌਂਚ ਕਰ ਦਿੱਤੀ ਗਈ ਹੈ। ਉਸ ਤੋਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦਾ, ਕੱਲ੍ਹ ਨੂੰ ਪੁਲਿਸ ਰਿਮਾਂਡ ਲੈ ਕੇ ਜਿਹੜੀ ਅੱਗੇ ਜਿਹੜੀ ਤਫਤੀਸ਼ ਜਾਰੀ ਰਹੂਗੀ ਕਿ ਇਹ ਕਿਸ ਮਕਸਦ ਦੇ ਲਈ ਇਹ ਜਿਹੜੀ ਬਾਰਡਰ ਕਰੋਸ ਕਰਕੇ ਤਾਰ ਟੱਪ ਕੇ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਐਂਟਰ ਕੀਤੇ ਹੈ, ਅਤੇ ਇਹਨਾਂ ਦਾ ਕੀ ਮਕਸਦ ਸੀਗਾ, ਇਹ ਸਾਰੀਆਂ ਜਿਹੜੀਆਂ ਹੈਗੀਆਂ ਗੱਲਾਂ ਇਹ ਕੱਲ੍ਹ ਨੂੰ ਅਸੀਂ ਰਿਮਾਂਡ ਤੋਂ ਬਾਅਦ ਜਿਹੜੀਆਂ ਤੁਹਾਡੇ ਸਾਹਮਣੇ ਲੈ ਕੇ। ਕਿਹੜੀ ਚੌਂਕੀ 'ਤੇ ਫੜੇ ਨੇ ਜੀ ਇਹ? ਇਹ ਚੌਂਕੀ ਸਮਸਕੇ ਆਪਣੀ ਪੈਂਦੀ ਹੈ ਨੇੜੇ ਰਾਣਾ ਪੰਚਗਰਾਈ, ਪੁਲਿਸ ਸਟੇਸ਼ਨ ਗੁਰੂ ਹਰ ਸਹਾਇ ਪੈਂਦਾ ਹੈ। ਬਟਾਲੀਅਨ ਕਿਹੜੀ ਨੇ ਫੜੇ ਨੇ ਜੀ? ਇਹ ਦੋ ਬਟਾਲੀਅਨ ਹੈਗੀ ਆਪਣੀ PSF ਦੀ। Please subscribe our channel for more updates. You can follow us Twitter and Facebook. ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ, 2 ਘੰਟੇ 'ਚ ਘਰ ਬੈਠੇ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 70 3 49 98 81।